ਗਰਮੀ ਦੀ ਵਜ੍ਹਾ ਨਾਲ ਇਹਨਾਂ ਦਿਨਾਂ 'ਚ ਹੀਟ ਸਟ੍ਰੋਕ ਦੇ ਕੇਸ ਕਾਫੀ ਦੇਖਣ ਨੂੰ ਮਿਲ ਰਿਹਾ ਜੀ ਹੀਟ ਸਟ੍ਰੋਕ ਦਾ ਮਤਲਬ ਐਸ ਤਰ੍ਹਾਂ ਪਸ਼ੂਆਂ ਦਾ ਹੌਂਫਣਾ ਬਹੁਤ ਤੇਜ਼ ਤੇ ਸਾਹ ਲੈਣਾ ਮੂੰਹ 'ਚੋਂ ਲਾਲਾਂ ਸਿੱਟਣਾ ਤੇ ਗਰਮੀ ਮਹਿਸੂਸ ਕਰਨਾ ਇਹਨਾਂ ਦਿਨਾਂ 'ਚ ਇਹੋ ਜਿਹੇ ਕੇਸ ਕਾਫੀ ਦੇਖਣ ਨੂੰ ਮਿਲ ਰਿਹਾ ਕਿਉਂਕਿ ਹੀਟ ਵੇ ਬਹੁਤ ਜ਼ਿਆਦਾ ਟੈਂਪਰੇਚਰ ਬਹੁਤ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਫੀਲਡ ਦੇ ਵਿੱਚ ਹਰ ਰੋਜ਼ ਬਹੁਤ ਜ਼ਿਆਦਾ ਕੇਸ ਹੁੰਦੇ ਆ ਇਹਨਾਂ ਕੇਸਾਂ ਦੀ ਸਾਂਖਿਆ ਨਹੀਂ ਹੁੰਦੀ ਇਹ ਵੀ ਸਾਨੂੰ ਪਹੁੰਚਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਜੇ ਤੁਹਾਡੇ ਨੇੜੇ ਕੋਈ ਵਧੀਆ ਵੈਟਰਨਰੀ ਡਾਕਟਰ ਹੈਗਾ ਤਾਂ ਸਭ ਤੋਂ ਪਹਿਲਾਂ ਡਾਇਗਨੋਸ ਕਰਕੇ ਇਹਦਾ ਟ੍ਰੀਟਮੈਂਟ ਕਰਵਾ ਸਕਦੇ ਹੋ ਜਿਹਦੇ ਵਿੱਚ ਆਪਾਂ ਫਲੂਇਡ ਥੈਰੇਪੀ ਤੇ ਹੋਰ ਕਈ ਇੰਜੈਕਸ਼ਨ ਯੂਜ਼ ਕਰਦੇ ਹਾਂ ਪਰ ਜਿਹੜਾ ਦੇਸੀ ਇਲਾਜ ਆ ਉਹ ਇਹਦੇ ਵਿੱਚ ਕੀ ਕੀਤਾ ਜਾ ਸਕਦਾ ਜਿਹੜਾ ਆਮ ਫਾਰਮਰ ਇਹ ਵੀਡੀਓ ਵੇਖ ਕੇ ਕਰ ਸਕਦਾ ਦੇਸੀ ਇਲਾਜ ਦੇ ਵਿੱਚ ਆਪਾਂ ਇੱਕ ਬਰਫ਼ ਲੈ ਸਕਦੇ ਹਾਂ ਬਰਫ਼ ਲੈ ਕੇ ਪਸ਼ੂ ਦੀ ਇਸ ਜਗ੍ਹਾ ਤੇ 5-4 ਮਿੰਟ ਰੱਖਣੀ ਹੈ ਗਿੱਚੀ ਦੇ ਵਿੱਚ ਇਸ ਜਗ੍ਹਾ ਤੇ ਮੈਂਡੀਊਲਾ ਆਵਲਗੈਂਟਾ ਨਾਮ ਦਾ ਇੱਕ ਅੰਗ ਹੁੰਦਾ ਹੈ ਜਿਹੜਾ ਕਾਫੀ ਹੱਦ ਤੱਕ ਹਾਰਟ ਬੀਟ ਨੂੰ ਟੈਂਪਰੇਚਰ ਨੂੰ ਤੇ ਸਾਹਾਂ ਲੀਆਂ ਜਿੰਨੀਆਂ ਵੀ ਭਰਤੀ ਕਿਰਿਆਵਾਂ ਹੈਗੀਆਂ ਸਰੀਰ ਦੀਆਂ ਉਹਨਾਂ ਨੂੰ ਕੰਟਰੋਲ ਕਰਦਾ ਹੈ ਇੱਕ ਇਸ ਜਗ੍ਹਾ ਤੇ ਹਾਈਪੋਥੈਲੇਮਸ ਗਲੈਂਡ ਨਾਮ ਦਾ ਅੰਗ ਹੁੰਦਾ ਹੈ ਜਿਹੜਾ ਮੇਨਲੀ ਟੈਂਪਰੇਚਰ ਨੂੰ ਕੰਟਰੋਲ ਕਰਦਾ ਹੈ ਤਾਂ ਜੇਕਰ ਆਪਾਂ ਬਰਥਲੀਟ ਕੋਰ ਗਿੱਚੀ ਤੋਂ ਲੈ ਕੇ ਰੀੜ ਦੀ ਹੱਡੀ ਦੇ ਉੱਪਰ ਲਗਾਤਾਰ ਕਰਦੇ ਆ ਜਿਹੜਾ ਇੱਕ ਦਿਨ ਵਿੱਚ ਦੀ ਤਿੰਨ ਵਾਰੀ ਤੇ ਲਗਾਤਾਰ ਚਾਰ ਤੋਂ ਪੰਜ ਦਿਨ ਤਾਂ ਪਸ਼ੂ ਨੂੰ ਕਾਫੀ ਹੱਦ ਤੱਕ ਰੀਲਿਫ ਮਿਲਦਾ ਜਾਨੀ ਜੇ ਆਪਾਂ ਦੇਸੀ ਇਲਾਜ ਦੀ ਗੱਲ ਕਰੀਏ ਤਾਂ ਇਹਦੀ ਗਿੱਚੀ ਤੋਂ ਲੈ ਕੇ ਪੂਰੀ ਰੀੜ ਦੀ ਹੱਡੀ ਤੇ ਆਪਾਂ ਬਰਫ਼ ਦਾ ਸੇਕ ਕਰ ਸਕਦੇ ਆ ਇੱਕ ਡਾਂਗਾ ਇੱਕ ਸਿਲੀ ਲੈ ਲੈਣੀ ਆਪਾਂ ਆਮ ਆਪਣੇ ਘਰ ਵਾਲੀ ਫ੍ਰਿਜ 'ਚ ਜਿਹੜੇ ਬਰਤਨ ਹੁੰਦੇ ਉਹਨਾਂ ਦੀ ਇੱਕ ਸਿਲੀ ਲੈ ਕੇ ਰੀੜ ਦੀ ਹੱਡੀ ਦੇ ਉੱਪਰ ਉਹਨੂੰ ਇੰਨਾ ਚਿਰ ਸੇਕ ਕਰਨਾ ਵੀ ਸਾਰੀ ਜਿਹੜੀ ਸਿਲੀ ਆ ਉਹ ਉੱਪਰ ਖੁਰਜੇ ਜਿਆਦਾ ਸਮਾਂ ਆਪਾਂ ਗਿੱਚੀ ਦੇ ਵਿੱਚ ਰੱਖਣਾ ਤੇ ਪੂਰੀ ਰੀੜ ਦੀ ਹੱਡੀ ਤੇ ਉਹਨੂੰ ਫੇਰਦੇ ਰਹਿਣਾ ਤਨ ਦਿਨ 1-2 ਦਿਨ ਤੇ ਲਗਾਤਾਰ 5-7 ਦਿਨ ਇਹ ਸ਼ੇਕ ਕਰਨ ਨਾਲ ਪਸ਼ੂ ਨੂੰ ਕਾਫੀ ਰਿਲੀਫ ਮਿਲ ਜਾਂਦਾ ਇਹਦੇ ਨਾਲ ਨਾਲ ਇੱਕ ਪੀਣ ਵਾਲੀ ਸਿਸੀ ਹੁੰਦੀ ਹੈ ਰੈਸਟੇਬਲ ਜਿਹੜੀ 50-50 ਮਲ ਸੁਬਾ ਸ਼ਾਮ ਤੁਸੀਂ ਆਪਣੇ ਜਾਨਵਰ ਨੂੰ ਦੇ ਸਕਦੇ ਹੋ ਜਿਹਦੇ ਨਾਲ ਕਾਫੀ ਹੱਦ ਤੱਕ ਫਰਕ ਪੈ ਜਾਂਦਾ ਇਹ ਦਵਾਈ ਦੇ ਨਾਲ ਨਾਲ ਤੁਸੀਂ ਇਹਦਾ ਮੈਨੇਜਮੈਂਟ ਵੀ ਵਧੀਆ ਕਰੋ ਕਿਉਂਕਿ ਆਮ ਘਰਾਂ 'ਚ ਪਸ਼ੂ ਟੀਨਾਂ ਛਲੇ ਵੱਜੇ ਹੁੰਦੇ ਆ ਜਾਂ ਕਮਰਿਆਂ ਦੇ ਉੱਪਰ ਛੱਤਾਂ ਟੀਨਾਂ ਦੀਆਂ ਪਾਈਆਂ ਹੋਈਆਂ ਟੀਨਾਂ ਬਹੁਤ ਜ਼ਿਆਦਾ ਤਪਦੀਆਂ ਜਿਸ ਦੀ ਵਜ੍ਹਾ ਨਾਲ ਹੀਟ ਸਟ੍ਰੋਕ ਕਾਫੀ ਦੇਖਣ ਨੂੰ ਮਿਲਦਾ ਮੈਨੇਜਮੈਂਟ ਵਧੀਆ ਕਰਨਾ ਬਹੁਤ ਜ਼ਰੂਰੀ ਹੈ ਇਕੱਲੀ ਦਵਾਈ ਕੁ ਜੇ ਤੁਸੀਂ ਆਪਣੇ ਪਸ਼ੂ ਦਾ ਹਾਲ ਸਹੀ ਤਰੀਕੇ ਨਾਲ ਜਾਨਣਾ ਚਾਹੁੰਦੇ ਹੋ ਜਿੱਥੇ ਪਸ਼ੂ ਬੰਦ ਨੇ ਉਹ ਅੱਧਾ ਘੰਟਾ ਪਸ਼ੂ ਨੂੰ ਬੈਠ ਕੇ ਵੇਖੋ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਕਿ ਪਸ਼ੂ ਕਿੰਨੀ ਗਰਮੀ ਚ ਸਰਵਾਈਵ ਕਰ ਰਿਹਾ ਹੈ ਬਾਰ ਬਾਰ ਪਾਣੀ ਪਿਓ ਪਾਣੀ ਘੱਟ ਪੀਣ ਦੀ ਵਜ੍ਹਾ ਨਾਲ ਵੀ ਹੁੰਦਾ ਪਾਣੀ ਦੇ ਵਿੱਚ ਸ਼ੱਕਰ ਪਾ ਕੇ ਪਿਓ ਤਾਜ਼ਾ ਪਾਣੀ ਪਿਓ ਤੇ ਜਿੰਨਾ ਹੋ ਸਕੇ ਹਵਾਦਾਰ ਜਗ੍ਹਾ ਰੱਖੋ ਕੂਲਰ ਲਾ ਸਕਦੇ ਹੋ ਜਿਵੇਂ ਵੀ ਹੋਵੇ ਇਹਨੂੰ ਨਿਵਾ ਸਕਦੇ ਹੋ ਸ਼ਾਮੇ ਰੱਖ ਕੇ ਨਵਾਓ ਡਾਇਰੈਕਟ ਧੁੱਪੇ ਖੜੇ ਤੇ ਪਾਣੀ ਨਾ ਪਾਓ ਕਿਉਂਕਿ ਟੈਂਪਰੇਚਰ ਅਪ ਡਾਊਨ ਇੱਕਦਮ ਹੋਣਾ ਵੀ ਥੋੜੀ ਜਿਹੀ ਦਿੱਕਤ ਆ ਸਕਦੀ ਹੈ ਅ ਟਕਾ ਕੇ ਚੰਗੀ ਤਰ੍ਹਾਂ ਨਮਾਓ ਨਮਾਉਣ ਦਾ ਕੋਈ ਨਮੂਨੀਆ ਨਹੀਂ ਹੁੰਦਾ ਕਿਉਂਕਿ ਨਮੂਨੀਆ ਇੱਕ ਫੇਫੜਿਆਂ ਦਾ ਰੋਗ ਹੈ ਨਮਾਉਣ ਦਾ ਕਦੇ ਵੀ ਨਮੂਨੀਆ ਨਹੀਂ ਹੁੰਦਾ ਆਈ ਹੋਪ ਤੁਹਾਨੂੰ ਸਾਡੀ ਜਾਣਕਾਰੀ ਚੰਗੀ ਲੱਗੀ ਹੋਵੇ ਧੰਨਵਾਦ ਸਸਿਕਾ